ਮੈਂਬਰ ਬਣ ਕੇ ਜਿਹੜੀ ਲਹਿਰ ਚੱਲ ਰਹੀ ਸੀ ਉਹਦੇ ਤੇ ਤੁਸੀਂ ਹੰਗਾਰਾ ਮਾਰਿਆ, ਤੁਹਾਨੂੰ ਗਲੇ ਨਾਲ ਲਾਵਾਂਗੇ, ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਤੁਹਾਡੇ ਲਈ ਖੁੱਲੇ ਹੋਣਗੇ। ਹਲਕਾ ਗਨੌਰ ਸੇ ਪ੍ਰਤਿਆਸ਼ੀ ਮਦਨ ਲਾਲ ਜਲਾਲਪੁਰ ਨੇ ਅੱਜ ਦਰਜਨੋਂ ਗਾਓਂ ਕਾ ਦੌਰਾ ਕੀਆ। ਇਸ ਅਵਸਰ ਪਰ ਮਦਨ ਲਾਲ ਜਲਾਲਪੁਰ ਨੇ ਕਈ ਪਰਿਵਾਰੋਂ ਕੋ ਅਕਾਲੀ ਦਲ ਛੋੜ ਕਰ ਕਾਂਗਰਸ ਮੇਂ ਸ਼ਾਮਿਲ ਕੀਆ। ਗਾਓਂ ਮੰਜੌਲੀ ਕੇ ਕੁਲਦੀਪ ਸਿੰਘ ਨੇ ਬਤਾਇਆ ਅਕਾਲੀ ਦਲ ਕੋ ਛੋੜ ਕਰ ਕਿ ਅੱਜ ਜੋ ਪੂਰਵ ਪੰਚ ਅਕਾਲੀ ਦਲ ਕੋ ਛੋੜ ਕਰ ਕਾਂਗਰਸ ਮੇਂ ਸ਼ਾਮਿਲ ਹੋਏ ਹਨ ਉਨਕਾ ਧੰਨਵਾਦ ਕਰਤੇ ਹੈ, ਪਾਰਟੀ ਇਨਕੋ ਪੂਰਾ ਸਤਿਕਾਰ ਦੇਗੀ। ਮੇਰਾ ਨਾਮ ਕੁਲਦੀਪ ਸਿੰਘ, ਪਿੰਡ ਮੰਜੌਲੀ। ਇਹ ਮੇਰੇ ਸਾਰੀ ਟੀਮ ਮੰਜੌਲੀ ਤੋਂ, ਗੁਰਜੰਟ ਸਿੰਘ, ਜਤਿੰਦਰ ਬਾਈ, ਚਮਕੌਰ, ਹੈਪੀ, ਹਰਸ਼ੀ, ਸੁਰਿੰਦਰ, ਮਲਕੀਤ, ਮੋਹਨ ਸਿੰਘ, ਸਾਰੀ ਟੀਮ ਖੜ੍ਹੀ ਹੈ ਜਗਤ। ਅੱਜ ਅਸੀਂ ਮਦਨ ਲਾਲ ਜਲਾਲਪੁਰ ਜੀ ਦਾ ਪਿੰਡ 'ਚ ਪ੍ਰੋਗਰਾਮ ਕਰਾਇਆ। ਬਹੁਤ ਸਾਰੇ ਬੰਦੇ ਅਕਾਲੀ ਦਲ ਨੂੰ ਛੱਡ ਕੇ ਅੱਜ, ਜਗਦੇਵ ਸਿੰਘ, ਬਲਵੀਰ ਸਿੰਘ ਸਾਡਾ ਪੰਚ ਸਾਹਿਬ ਹੈ ਭੋਲਾ, ਲਖਵੀਰ ਸਿੰਘ ਵਾਲਮੀਕੀ, ਤਕਰੀਬਨ 15-16 ਜਣਿਆਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅੱਜ ਬੀਬੀ ਦੀ ਵਿਨਾਸ਼ਕਾਰੀ ਨੀਤੀਆਂ ਤੋਂ ਤੰਗ ਹੋ ਕੇ ਕਾਂਗਰਸ ਜੁਆਇਨ ਕੀਤੀ ਹੈ। ਅਸੀਂ ਇਹਨਾਂ ਦੇ ਵੀ ਧੰਨਵਾਦੀ ਹਾਂ। ਨਾਲ ਸਾਰੇ ਪਿੰਡ ਨੇ ਅੱਜ ਤਕਰੀਬਨ ਸਹੁੰ ਪਾਈ ਹੈ ਵੀ ਇੱਕ ਇੱਕ ਵੋਟ ਮਦਨ ਲਾਲ ਜਲਾਲਪੁਰ ਨੂੰ ਪਾ ਕੇ, ਜਿਹੜੀ ਸਾਡੀ ਪਹਿਲੀ ਵਿਧਾਇਕ ਹੈ ਬੀਬੀ ਮੁਖਮੇਲਪੁਰ, ਆਪ ਦਾ ਅਸੀਂ ਇਸ ਕਰਕੇ ਨਹੀਂ ਚੁਣੀ ਕਿਉਂਕਿ ਸਾਨੂੰ ਇਹ ਨਹੀਂ ਪਤਾ ਉਹਨਾਂ ਦਾ ਮੇਨ ਬੰਦਾ ਕੌਣ ਹੈ, ਕੌਣ ਮੁੱਖ ਮੰਤਰੀ ਹੈ, ਕੌਣ ਲੀਡਰ ਹੈ। ਜਦੋਂ ਘਰ ਦਾ ਕੋਈ ਲਾਣੇਦਾਰ ਨਾ ਹੋਵੇ ਫਿਰ ਕਿਹੜੇ ਬੰਦੇ ਤੋਂ ਉਮੀਦ ਰੱਖੀ ਜਾ ਸਕਦੀ ਹੈ। ਪਿੰਡ ਮੰਜੌਲੀ ਜੀ, ਮੈਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਜੀ ਕਾਂਗਰਸ 'ਚ ਆ ਗਿਆ ਜੀ।